ਪੰਚਾਇਤੀ ਚੋਣਾਂ ਦੀ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਔਰ ਫਾਜ਼ਿਲਕਾ ਦੇ ਵਿੱਚ ਜੋ ਇਹ ਚੋਣਾਂ ਹੋ ਰਹੀਆਂ ਨੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਅੱਜ 30 ਸਤੰਬਰ ਦਾ ਦਿਨ ਹੈ ਔਰ 27 ਸਤੰਬਰ ਤੋਂ ਜਿਹੜਾ ਨੋਮੀਨੇਸ਼ਨ ਸਟਾਰਟ ਨੇ ਔਰ ਕਿਸੇ ਨੂੰ ਵੀ ਕੋਈ NOC ਲੈਣ ਵਿੱਚ ਜਾਂ ਕੋਈ ਚੁੱਲ੍ਹਾ ਟੈਕਸ ਹੈ ਉਹ ਦਿੱਕਤ ਨਹੀਂ ਆ ਰਹੀ। ਸਾਡੀਆਂ ਅਫਸਰਾਂ ਨੂੰ ਸਖ਼ਤ ਹਦਾਇਤਾਂ ਨੇ ਕਿਸੇ ਨੂੰ ਵੀ ਕੋਈ NOC ਦੀ ਨਾ ਨਹੀਂ ਕਰਨੀ, ਸਾਰਿਆਂ ਦੇ ਕੋਈ ਵੀ ਕਿਸੇ ਦਾ ਨਿਯਮਾਂ ਅਨੁਸਾਰ ਕੋਈ ਵੀ ਕਾਗਜ਼ ਹੈ ਉਹ ਪੂਰੇ ਕਰਾਏ ਜਾਣ। ਔਰ ਮੈਂ ਸਾਰੇ ਜਿੰਨੇ ਵੀ ਫਾਜ਼ਿਲਕਾ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਕੋਈ ਵੀ ਇਲੈਕਸ਼ਨ ਲੜ ਰਿਹਾ ਜਾਂ ਲੜਨਾ ਚਾਹੁੰਦਾ ਪਿੱਛੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ, ਕਿਸੇ ਵੀ NOC ਵਗੈਰਾ ਕਿਸੇ ਜਾਂ ਅੱਗੇ ਵੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ, ਸਾਡੇ ਦਫ਼ਤਰ ਆ ਸਕਦਾ। ਔਰ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਪਿੰਡਾਂ ਦੇ ਵਿੱਚ ਕਿ ਆਪਾਂ ਸਰਬਸੰਮਤੀ ਕਰੀਏ, ਸਰਬਸੰਮਤੀ ਨਾਲ ਇੱਕ ਤਾਂ ਵੇਖੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਵੀ ਕੀਤਾ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਊਗੀ ਔਰ ਉਸ ਦੇ ਨਾਲ ਨਾਲ ਇੱਕ ਖੇਡ ਸਟੇਡੀਅਮ ਔਰ ਹੋਰ ਜਿੰਨਾ ਵੀ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਸਰਬਸੰਮਤੀ ਜਿਹੜੇ ਪਿੰਡ ਦੇ ਵਿੱਚ ਹੁੰਦੀ ਹੈ ਸਹੂਲਤਾਂ ਦਿੱਤੀਆਂ ਜਾਣਗੀਆਂ। ਤਾਂ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ, ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇਹ ਮੈਂ ਸਮਝਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਵਿੱਚ ਵੇਖੋ ਕੋਈ ਵੀ ਕਰਪਸ਼ਨ ਕਿਸੇ ਨੂੰ ਕਰਨ ਦਾ ਕੋਈ ਵੀ ਕਰਨ ਕਰਪਸ਼ਨ ਨਹੀਂ ਕਰਨ ਦਿੱਤੀ ਜਾਊਗੀ। ਜੋ ਗ੍ਰਾਂਟ ਦਾ ਪੈਸਾ ਪਿੰਡਾਂ ਦੇ ਵਿਕਾਸ ਲਈ ਆਊਗਾ ਇੱਕ ਇੱਕ ਪੈਸਾ ਜਿਹੜਾ ਗ੍ਰਾਂਟ 'ਤੇ ਲੱਗੂਗਾ। ਔਰ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ, ਕੋਈ ਵੀ ਸਰਪੰਚੀ ਦਾ ਚਾਹਵਾਨ ਹੈ ਤਾਂ ਇਹ ਸੋਚ ਕੇ ਨਾ ਆਵੇ ਕਿ ਕੱਲ੍ਹ ਨੂੰ ਕੋਈ ਗ੍ਰਾਂਟ ਆਉਣੀ ਹੈ ਤਾਂ ਗ੍ਰਾਂਟ ਦਾ ਪੈਸਾ ਉਹ ਖਾਣਗੇ, ਤਾਂ ਬਿਲਕੁਲ ਨਹੀਂ ਕਿਸੇ ਨੂੰ ਗ੍ਰਾਂਟ ਦਾ ਪੈਸਾ ਖਾਣ ਨਹੀਂ ਦਿੱਤਾ ਜਾਊਗਾ। ਕੋਈ ਵੀ ਗ੍ਰਾਂਟ ਆਊਗੀ ਤਾਂ ਉਹ ਜਿਹੜਾ ਸਾਰਾ ਪਿੰਡ ਦੇ ਵਿਕਾਸ 'ਤੇ ਲੱਗੂਗਾ। ਤਾਂ ਮੇਰੀ ਤਾਂ ਹੀ ਇਹ ਬੇਨਤੀ ਮੈਂ ਕਰ ਰਿਹਾ, ਸਾਡੇ ਮੁੱਖ ਮੰਤਰੀ ਸਾਹਿਬ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਸਰਬਸੰਮਤੀ ਨਾਲ ਜਿੰਨਾ ਹੋ ਸਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਚੋਣ ਕੀਤੀ ਜਾਵੇ।